www.facebook.com/. Yeah.
नहीं 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 नह
जन्म जन्म का बिछड़िया, 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 जन्म 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 का बिछड़िया, जन्म जन्म का बिछड़िया, हर मेलो सजन सैन, हर मेलो हर मिल नींदा निसा, हर मिल हर मिल सजन सैन, हर मेलो जिन्ना क गुरु ने इस स्थान पे जिथे बैठे हो, जिन्ना क गुरु ने जप तप संगतां तो महापुरशां दी प्रेरणा नाल कराया, जिदा अमृत वेला नहीं बनता अज मंग लो, जिदा हर वेले नाम नहीं चल रहा मेरे वर्गे दा अज मंग लो, मारे विछड़े आ रस दे दो, अमृत वेला दे दो, अपने प्रीतों के अपने प्रीतम के हो फिर है
जगत गुण गाली अपने प्रीतम 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 अपने अपने प्रीतम अपने प्रीतम के आंगर है जली साध संग मिली या फिर देखा तो मेरा अल्लाह मिली हर मेला सजन सैन हर मेला सजन सैन हर मेला सजन सैन हर मेला सजन सैन हर मेला
धन धन भाई दया सिंह जी, धन धन भाई धर्म सिंह जी, सब सुहागण माने वलिया सब सुहागण माने रलिया। धन धन भाई विधि चंद जी, धन धन भाई बैलो जी, धन धन भाई पारो जी, सब सुहागण माने रलिया। सब सुहागण माने रलिया। धन धन बाबा बुढ़ा साहब जी, धन धन बाबा दीप सिंह जी, सब सुहागण मने रलिया रलिया रलिया। एक देवरात पुनरी हर मेला सजन सहर, हर मेला सजन सहर, सजन सहर, हर जन्म का बिछड़िया बिछड़िया, हर मेलो। पहले राग में वापस गुरु ले जावे, हर मेलो 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 सज्जन सैन, मिल मेरे प्रीतमानियों। पत्ते पत्ते च वसण वाले कलगियां ले दे प्यार जाखो सतनाम। बाबा सुखदेव सिंह जी महापुरशां वल्लों इस स्थान ते श्रोमणी महासंपट पाठ तकरीबन 2 महीने गुरु गोबिंद सिंह जी दे आगमन दिन नूं समर्पित ये जप तप दा प्रोग्राम रखिया गया। आपां सारे बेनती कर रहे हैं, प्रीतम जी मिलो, निमाणी जी बेनती है। कई जगह ते गुरु गोबिंद सिंह जी ने अपना एड्रेस दिता, मैं किथे मिलांगा, मैनू मिलना होवे आ मेरा एड्रेस है। एक एड्रेस मैनू मिलिया रहीम बख्श ते करीम बख्श दे कोलों, बाल अवस्था च गुरु तेग बहादुर जी के हुक्म नाल गुरु गोबिंद सिंह जी ना गोबिंद राय है ते पटने तो आनंदपुर साहब चले है परिवार समेत। ये रोपे दोवें भरा मुसलमान, रहीम बख्श करीम बख्श, रोपे रोपे साडा दिल किवें लगे। ਤੁਸੀਂ ਰੋਜ਼ ਗੁਰੂ ਗੋਬਿੰਦ ਸਿੰਘ ਜੀ ਸਾਡੇ ਬਾਗ 'ਚ ਖੇਡਦੇ ਸੀ, ਬਾਲ ਅਵਸਥਾ ਸੀ, ਹੁਣ ਤੁਸੀਂ ਪਟਨੇ ਤੋਂ ਆਨੰਦਪੁਰ ਸਾਹਿਬ ਚੱਲੇ ਹੋ, ਸਾਡੇ ਕੋਲ ਨਹੀਂ ਰਿਹਾ ਜਾ, ਅਸੀਂ ਕਿਵੇਂ ਦਰਸ਼ਨ ਕਰਾਂਗੇ।
ਤੇ ਨੋਟ ਕਰਿਓ ਕਲਗੀ ਵਾਲਿਆਂ ਨੇ ਇੱਕ ਡਰੈਸ ਦੇ ਦਿੱਤਾ ਉਹ ਅਸੀਂ ਪੱਲੇ ਬੰਨਣਾ ਮਹਾਰਾਜ ਅਸੀਂ ਕਿਵੇਂ ਸਮਾਂ ਕੱਟਾਂਗੇ ਤੁਸੀਂ ਸਾਡੇ ਬਾਗ 'ਚ ਖੇਡਦੇ ਸੀ ਸਾਥੋਂ ਨਹੀਂ ਰਿਹਾ ਜਾ ਤੇ ਮੈਂ ਹੈਰਾਨ ਹੋ ਗਿਆ ਗੁਰੂ ਗੋਬਿੰਦ ਸਿੰਘ ਦੋਵਾਂ ਭਰਾਵਾਂ ਨੂੰ ਕੀ ਕਹਿੰਦੇ ਰਹੀਮ ਬਖਸ਼ ਕਰੀਮ ਬਖਸ਼ ਨੂੰ ਜਦੋਂ ਸਾਡੀ ਯਾਦ ਆਵੇ ਇਸ ਬਾਗ ਵਿੱਚ ਆ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਚਿੱਤ ਜੋੜ ਕੇ ਕਰਿਓ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਕਰਿਓ ਇਸੇ ਬਾਗ ਵਿੱਚ ਖੇਡਦਿਆਂ ਦਰਸ਼ਨ ਦਿਆਂਗੇ ਕੀ ਐਡਰੈਸ ਦੇ ਦਿੱਤਾ ਮੈਂ ਜਪਜੀ ਸਾਹਿਬ ਜੀ ਹਾਂ ਗੱਜ ਕੇ ਆਖੋ ਸਤਨਾਮ ਕੀ ਐਡਰੈਸ ਦੇ ਦਿੱਤਾ ਗੁਰੂ ਹੈ ਬਾਣੀ ਗੁਰੂ ਹੈ ਬਾਣੀ ਅੱਜ ਵੀ ਗੁਰਦੁਆਰਾ ਹੈ ਭਾਈ ਵੀਰ ਸਿੰਘ ਨੇ ਲਿਖਿਆ ਜੇਤਾ ਭਗਤ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉੱਥੋਂ ਦੇ ਲੋਕਾਂ ਨੇ ਕਿਹਾ ਸੀ ਇਹ ਜੇਤਾ ਇੱਕ ਭਾਈ ਜੇਤਾ ਹੋਏ ਨੇ ਭਾਈ ਜੀਵਨ ਸਿੰਘ ਉਹ ਹੋਰ ਨੇ ਇਹ ਜੇਤਾ ਭਗਤ ਹੈ ਗੁਰਦੁਆਰਾ ਉੱਥੇ ਪਟਨੇ ਦਾ ਇਹਦੀ ਇੰਨੀ ਕਮਾਈ ਸੀ ਕਿ ਗੰਗਾ ਗਊ ਬਣ ਕੇ ਇਹਨੂੰ ਇਸ਼ਨਾਨ ਕਰਾਉਣ ਆਉਂਦੀ ਸੀ ਆਖੋ ਸਤਨਾਮ ਉੱਥੋਂ ਦੇ ਇਲਾਕੇ ਦੇ ਲੋਕਾਂ ਨੇ ਕਿਹਾ ਸੀ ਗੁਰੂ ਤੇਗ ਬਹਾਦਰ ਜੀ ਇਹਨੂੰ ਕਦੀ ਗੰਗਾ 'ਤੇ ਨਹੀਂ ਵੇਖਿਆ ਇਸ਼ਨਾਨ ਕਰਦੇ ਇਹ ਜੇਤੇ ਨੂੰ ਮਹਾਰਾਜ ਕਹਿੰਦੇ ਸੀ ਇੱਕ ਰਾਤ ਇੱਥੇ ਰਵੋ ਛਿਪ ਕੇ ਮਹਾਰਾਜ ਨੇ ਰੱਖਿਆ ਸੀ ਅਤੇ ਅੱਧੀ ਰਾਤ ਫਿਰ ਇੱਕ ਗਊ ਆਈ ਉਹਨੇ ਮੁੱਖ 'ਚੋਂ ਜਲ ਕੱਢ ਕੇ ਹੋਜ ਭਰਤੀ ਅਤੇ ਚਲੀ ਗਈ ਇਹਨੇ ਇਸ਼ਨਾਨ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਇਹ ਗੰਗਾ ਘਰ ਇਸ਼ਨਾਨ ਕਰਾਉਣ ਆਉਂਦੀ ਏ ਨਾਮ 'ਚ ਇੰਨੀ ਕਿਰਪਾ ਆਖੋ ਸਤਨਾਮ ਇਹ ਵੀ ਰੋ ਪਿਆ ਇਹ ਜੇਤਾ ਭਗਤ ਵੀ ਰੋ ਪਿਆ ਗੁਰੂ ਗੋਬਿੰਦ ਸਿੰਘ ਜੀ ਚੱਲੇ ਹੋ ਆਪ ਜੀ ਸਾਡਾ ਦਿਲ ਨਹੀਂ ਲੱਗਦਾ ਮੈਂ ਪੜ੍ਹ ਕੇ ਹੈਰਾਨ ਰਹਿ ਗਿਆ ਗੁਰੂ ਗੋਬਿੰਦ ਸਿੰਘ ਜੀ ਇਹਨੂੰ ਕੀ ਜਵਾਬ ਦਿੱਤਾ ਕਹਿੰਦੇ ਤੇਰੇ ਨਾਲ ਬਚਨ ਕਰਦੇ ਹਾਂ ਜਦੋਂ ਜਪਜੀ ਸਾਹਿਬ ਜੀ ਦੇ ਪਾਠ ਕਰਕੇ ਅਰਦਾਸ ਕਰੇਗਾ ਤੈਨੂੰ ਵੀ ਸਾਡੀਆਂ ਝਲਕਾਂ ਪੈਣਗੀਆਂ ਆਖੋ ਸਤਨਾਮ ਇਹ ਜਦੋਂ ਮੈਂ ਪੜ੍ਹਿਆ ਮੈਨੂੰ ਬਾਬਾ ਨੰਦ ਸਿੰਘ ਬਾਬਾ ਜਵੰਤ ਸਿੰਘ ਦਾ ਫਿਰੋਜ਼ਪੁਰ ਦਾ ਸੀਨ ਆ ਗਿਆ ਸਾਰਾ ਗੜੀ ਗੁਰਦੁਆਰੇ ਫਿਰੋਜ਼ਪੁਰ ਬਾਬਾ ਨੰਦ ਸਿੰਘ ਬਾਬਾ ਜਵੰਤ ਸਿੰਘ ਜੀ ਨੇ 5-6 ਦਿਨ ਬਾਅਦ ਘਾਲਣਾ ਘਾਲ ਕੇ ਪ੍ਰਸ਼ਾਦਾ ਰੱਖਣਾ ਅਤੇ ਬਸ ਇੱਕ ਦਿਨ ਆ ਗਿਆ ਵੀ ਛਕਦੇ ਤਾਂ ਹੈ ਨਹੀਂ ਗੁਰੂ ਸਾਹਿਬ ਅਤੇ ਅਸੀਂ ਵੀ ਨਹੀਂ ਛਕਣਾ ਆਪਣੇ ਹੱਥੀਂ ਫਿਰ ਕਿਰਤ ਕਰਕੇ ਲੱਕੜੀਆਂ ਚੁਣ ਕੇ ਵੇਚ ਕੇ ਉਹਦਾ ਸੀਧਾ ਲਿਆ ਕੇ ਫਿਰ ਤਾਜ਼ਾ 5-6 ਦਿਨ ਬਾਅਦ ਜਦੋਂ ਦਰਸ਼ਨਾਂ ਦੀ ਪ੍ਰਾਪਤੀ ਹੋਈ ਗੁਰੂ ਨਾਨਕ ਸਾਹਿਬ ਦੇ ਅਤੇ ਆਖਿਆ ਸੀ ਮੰਗੋ ਕੀ ਮੰਗਦੇ ਹੋ ਅਤੇ ਬਾਬਾ ਨੰਦ ਸਿੰਘ ਨੇ ਕਿਹਾ ਤੁਹਾਡੇ ਦਰਸ਼ਨਾਂ ਤੋਂ ਬਾਅਦ ਕੀ ਮੰਗੀ ਮੰਗਣ ਦੇ ਵਿੱਚ ਦਿਸੇ ਜੁਦਾਈ ਦੇਣ ਵਿੱਚ ਹੋਂ ਕੱਸੇ ਲੈਣ ਦੇਣ ਜਦ ਦੋਨੋਂ ਛੱਡੇ ਪਿੱਛੇ ਮਾਈ ਬਸ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਵੀ ਕੁਝ ਮੰਗੋ ਅਤੇ ਬਾਬਾ ਜੀ ਕਹਿੰਦੇ ਮੰਗਣਾ ਨਹੀਂ ਆਉਂਦਾ ਆਹ ਦੇ ਦਿਓ ਆਪਣਾ ਬਣਾ ਲਓ ਆਖੋ ਸਤਨਾਮ ਗੁਰੂ ਨਾਨਕ ਸਾਹਿਬ ਕਹਿੰਦੇ ਨਾਲੇ ਸਾਰਾ ਹੀ ਕੁਝ ਮੰਗ ਲਿਆ ਜਿਹਨੂੰ ਮੈਂ ਆਪਣਾ ਬਣਾ ਲਿਆ ਰਹਿ ਕੀ ਗਿਆ ਮਗਰ
ते सुनियो बाबा जवंत सिंह जी नूं भी हुक्म होया गुरु नानक साहब दा मंगो कुछ। उन्होंने मंगिया भी जदों मैं कीर्तन करां इस तरह ही मैनूं दर्शन होण तुहाडे। आखो सतन हाँ हाँ जदों कीर्तन करां तो इस तरह ही दर्शन होण। तो गुरु नानक साहब कहिंदे इस तरह ही होएगा, जदों कीर्तन करोगे इस तरह ही दर्शन देंगे, पर जिहड़े कीर्तन सुन रहे होणगे झलकारे उन्हां नूं भी पैणगे। आखो सतन हाँ। ਇਹ ਜੇਤਾ ਭਗਤ ਨੂੰ ਵੀ ਜਿਹਨੇ ਕਿਹਾ ਮਹਾਰਾਜ ਮੈਂ ਕਿਵੇਂ ਰਵਾਂਗਾ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੀ ਤੈਨੂੰ ਵੀ ਝਲਕਾਰੇ। ਆਖੋ ਸਤਨਾਮ। ਇਹ ਕਿਹੜਾ ਐਡਰੈਸ ਦਿੱਤਾ ਪ੍ਰੀਤਮ ਨੇ, ਗੁਰੂ ਹੈ ਬਾਣੀ ਗੁਰੂ ਹੈ ਬਾਣੀ ਗੁਰੂ ਹੈ ਸਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਜੇਵੜ ਅਵਰ ਨ ਕੋਏ। ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ। ਗੁਰੂ ਹੈ ਬਾਣੀ ਇੱਕ ਦੂਜਾ ਐਡਰੈਸ ਪਟਨੇ ਤੋਂ 12 ਕਿਲੋਮੀਟਰ ਹੈ ਦਾਨਾਪੁਰ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪਟਨੇ ਤੋਂ ਨਿਕਲੇ ਹੈ 1,200 ਬੰਦਾ ਵਿਦਾਇਗੀ ਦੇਣ ਗਿਆ। ਮਹਾਰਾਜ ਬੜੀ ਵਾਰੀ ਰੋਕਦੇ ਰਹੇ, ਮੀਲ ਬਾਅਦ ਦੋ ਮੀਲ ਬਾਅਦ ਵੀ ਤੁਸੀਂ ਹੁਣ ਪਿੱਛੇ ਜਾਓ। ਉਹ ਕਹਿੰਦੇ ਸਾਡਾ ਦਿਲ ਹੀ ਨਹੀਂ ਕਰਦਾ ਜਾਣ ਦਾ। ਇਹ ਪਟਨੇ ਤੋਂ 12 ਮੀਲ ਹੈ ਜੀ ਦਾਨਾਪੁਰ, ਜਿੱਥੇ ਉਹਨਾਂ ਨੇ ਇੰਤਜ਼ਾਮ ਕੀਤਾ 100-150 ਦਾ। ਆ ਗਿਆ 1,000-1,500 ਬੰਦ ਸਰੀਰ। 80 ਸਾਲ ਦੀ ਬਜ਼ੁਰਗ ਮਾਤਾ ਜਮਨੀ ਮਿੱਟੀ ਦੇ ਭਾਂਡੇ 'ਚ ਨਾ ਖਿਚੜੀ ਬਣਾ ਕੇ ਲਿਆਈ। ਆਖੋ ਸਤਨਾਮ। ਰਾਤ ਦੇ ਵੱਜੇ ਹੋਏ 9:30। ਉਹਨੇ ਨਾ ਇੰਝ ਖਿਚੜੀ ਦਾ ਬਰਤਨ ਰੱਖਿਆ, ਮਿੱਟੀ ਦੇ ਬਰਤਨ 'ਚ ਖਿਚੜੀ ਬਣਾਈ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਰੱਖ ਕੇ ਕਹਿੰਦੀ ਜੀ ਜਿੰਨੀ ਛਕਣੀ ਛਕ ਲਓ ਫਿਰ ਮੈਂ ਸੰਗਤ 'ਚ ਵਰਤਾ ਦਿਆਂ। ਆਖੋ ਸਤਨਾਮ। ਜਿੰਨੀ ਛਕਣੀ ਛਕ ਲਓ ਫਿਰ ਮੈਂ ਵਰਤਾ ਦਿਆਂ ਸੰਗਤ। ਗੁਰੂ ਗੋਬਿੰਦ ਸਿੰਘ ਬਾਲ ਅਵਸਥਾ 'ਚ ਕਹਿੰਦੇ ਮਾਈ ਆਪ ਬਣਾਈ ਆ? ਹਾਂ ਮਹਾਰਾਜ, ਆਉਣਾ ਸੀ 100-150 ਸਰੀਰ, ਤੁਹਾਡੇ ਨਾਲ ਆ ਗਿਆ 1,000-1,500, ਅਤੇ ਪ੍ਰਬੰਧਕਾਂ ਨੇ ਸੁਨੇਹ ਭੇਜੇ ਵੀ ਜੋ ਘਰੋਂ ਬਣਦਾ ਲਿਆਓ। ਅਤੇ ਮੈਂ ਆਖਿਆ ਵੀ ਮੇਰੀ ਵੀ ਹਾਜ਼ਰੀ ਲੱਗੇ, ਅਤੇ ਮੈਂ ਖਿਚੜੀ ਬਣਾ ਕੇ ਲਿਆਈ ਹਾਂ ਹਾਂਡੀ ਵਿੱਚ। ਭਾਵੇਂ ਗੁਰੂ ਗੋਬਿੰਦ ਸਿੰਘ ਜੀ ਇਹਦੇ ਨਾਲ 15-20 ਬੰਦੇ ਭੁਗਤਣਗੇ, ਪਰ ਮੇਰੀ ਹਾਜ਼ਰੀ ਲੱਗ ਜਾਵੇ ਸੰਗਤ ਵਿੱਚ। ਆਖੋ ਸਤਨਾਮ। ਮਹਾਰਾਜ ਖੁਸ਼ ਹੋ ਗਏ, ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ 'ਚ ਖੁਸ਼ ਹੋ ਗਏ। ਕਹਿੰਦੇ ਮਾਈ 80 ਸਾਲ ਉਮਰ, ਰਾਤ ਦੇ ਵੱਜ ਗਏ 10, ਐਡਾ ਸੰਗਤ ਲਈ ਪਿਆਰ ਰੱਖੇ। ਇਹ ਦੂਜਾ ਐਡਰੈਸ ਦੇਣ ਲੱਗਾ ਜੇ ਤੁਹਾਡਾ ਕਲਗੀ ਵਾਲਾ, ਮੈਂ ਕਿੱਥੇ ਰਹਿੰਦਾ? ਪਹਿਲਾ ਐਡਰੈਸ ਮੈਂ ਬਾਣੀ 'ਚ ਹੀ ਹਾਂ, ਮੈਂ ਜਪਜੀ ਸਾਹਿਬ 'ਚ ਹਾਂ, ਮੈਂ ਮੂਲ ਮੰਤਰ 'ਚ ਹੀ ਹਾਂ। ਆਹ ਦੂਜਾ ਐਡਰੈਸ ਦਿੱਤਾ ਜੇ ਕਲਗੀ ਵਾਲੇ ਨੇ। ਮਾਈ ਇੰਨਾ ਫਿਕਰ ਰੱਖੀ, ਇੰਨੀ ਤੇਰੀ ਉਮਰ ਫਿਰ ਵੀ ਤੂੰ ਇੰਨੀ ਖਿਚੜੀ ਬਣਾ ਕੇ ਤੇ ਲਿਆਈ ਹੈ ਵੀ ਸੰਗਤ ਭੁੱਖੀ ਨਾ ਚਾਹੀ। ਖੁਸ਼ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਾਈ ਤੇਰੇ ਤੇ ਖੁਸ਼ ਆ, ਮੰਗ ਕੀ ਮੰਗਣੀ? ਆਖੋ ਸਤਨਾਮ। ਉਹ ਮਾਈ ਨੇ ਕੀ ਮੰਗਿਆ? ਮਹਾਰਾਜ ਜੀ ਨੇ ਬਰਤਨ 'ਚ ਖਿਚੜੀ ਥੋੜ੍ਹੀ ਪਾਈ ਸੀ, ਛੱਕ ਰਹੇ ਸੀ, ਅਤੇ ਅੱਗੋਂ ਕੀ ਕਹਿੰਦੀ ਮਾਈ? ਕਹਿੰਦੀ ਜੀ ਫਿਰ ਦੇਣਾ ਤੇ ਆਹ ਦੇ ਦਿਓ, ਜਿਵੇਂ ਹੁਣ ਤੁਹਾਡੇ ਦਰਸ਼ਨ ਕਰ ਰਹੀ ਹਾਂ ਨਾ, ਇਸ ਤਰ੍ਹਾਂ ਹੀ ਦਰਸ਼ਨ ਹੁੰਦੇ ਰਹਿਣ। ਆਖੋ ਸਤਨਾਮ। ਇਸ ਤਰ੍ਹਾਂ ਹੀ ਦਰਸ਼ਨ ਹੁੰਦੇ ਰਹਿਣ। ਕਲਗੀ ਧਰ ਮਹਾਰਾਜ ਕਹਿੰਦੇ ਮਾਈ ਅਸੀਂ ਅੱਗੇ ਜਾਣਾ, ਹੁਣ ਇੱਥੇ ਥੋੜ੍ਹੀ ਬੈਠੇ ਰਹਾਂਗੇ, ਆਹ ਕੀ ਮੰਗ ਲਈ? ਕਹਿੰਦੀ ਮੈਂ ਤਾਂ ਕਿਹਾ ਹੀ ਨਹੀਂ, ਤੁਸੀਂ ਇਹ ਕਿਹਾ ਮੰਗੋ। ਆਖੋ ਸਤਨਾਮ। ਹੁਣ ਦਿਓ, ਮੈਂ ਤਾਂ ਕਿਹਾ ਹੀ ਨਹੀਂ ਵੀ ਮੰਗਣਾ ਕੁਝ।
ਤੁਸੀਂ ਆਪੇ ਖੁਸ਼ ਹੋ ਕੇ ਕਿਵੇਂ ਮੰਗ ਲੈ ਫਿਰ ਆ ਵਿਓ ਵੀ ਜਿਵੇਂ ਹੁਣ ਦਰਸ਼ਨ ਦੇ ਰਹੇ ਹੋ ਇਤਨਾ ਹੀ ਆ ਸੁਣਿਓ ਡਰੈਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੂਜਾ ਡਰੈਸ ਦਿੱਤਾ ਆਪਣਾ ਕਹਿੰਦੇ ਮਾਈ ਦਰਸ਼ਨ ਚਾਹੀ ਹੈ ਹਾਂ ਫਿਰ ਇੰਜੀ ਦਰਸ਼ਨ ਤੇ ਕਲਗੀਧਰ ਕਹਿੰਦੇ ਜਦੋਂ ਤੇਰਾ ਦਰਸ਼ਨਾਂ ਨੂੰ ਚਿੱਤ ਕਰੇ ਤੇ ਵਾਹਿਗੁਰੂ ਜਪਦਿਆਂ ਚਾਵਲ ਚੁਣੀ ਵਾਹਿਗੁਰੂ ਜਪਦਿਆਂ ਧੋਈ ਵਾਹਿਗੁਰੂ ਜਪਦਿਆਂ ਖਿਚੜੀ ਬਣਾਈ ਤੇ ਜਦੋਂ ਦਰਸ਼ਨਾਂ ਨੂੰ ਦਿਲ ਕਰੇ ਇਤਨਾ ਹੀ ਖਿਚੜੀ ਬਣਾ ਕੇ ਸੰਗਤਾਂ ਨੂੰ ਛਕਾਈ ਮਨ ਨੀਵਾਂ ਕਰਕੇ ਜਦੋਂ ਸੰਗਤਾਂ ਨੂੰ ਛਕਾਏਗੀ ਵਿੱਚ ਤੈਨੂੰ ਮੈਂ ਵੀ ਛਕਦਾ ਹੋਇਆ ਦਰਸ਼ਨ ਦਿਆ ਗੱਜ ਕੇ ਆਖੋ ਸਤਨਾਮ ਕੀ ਐਡਰੈਸ ਦਿੱਤਾ ਕਲਗੀਧਰ ਨੇ ਬੜਾ ਵੱਡਾ ਐਡਰੈਸ ਦਿੱਤਾ ਕੀ ਮੈਂ ਸੰਗਤ ਜੀ ਰਹਿਣਾ ਵਾ ਆਖੋ ਸਤਨਾਮ ਮੈਂ ਸੰਗਤ ਵਿੱਚ ਆ ਸੰਗਤ ਦੀ ਖੁਸ਼ੀ ਲੈ ਲੈ ਮੈਂ ਵਿੱਚ ਹੀ ਹਾਂ ਸੰਗਤ ਦੀ ਪ੍ਰਸੰਨਤਾ ਲੈ ਲੈ ਮੈਂ ਵਿੱਚ ਹੀ ਹਾਂ ਆਹ ਦੂਜਾ ਐਡਰੈਸ ਮਹਾਰਾਜ ਦਾ ਨਾਲ ਨਾਲ ਪੜਿਓ ਪਿਆਰ ਨਾਲ ਜੀ ਹਰ ਚੀਜ਼ ਦੀ ਬਾਣੀ ਚੋਂ ਮੋਹਰ ਲੱਗ ਜੇ ਜੀ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਵਿੱਚ ਸੰਗਤ ਇਹ ਬੜੀ ਵੱਡੀ ਗੱਲ ਜੇ ਕੋਸ਼ਿਸ਼ ਕਰਿਆ ਕਰਿਓ ਸਾਨੂੰ ਤੇ ਬਾਬਾ ਆਨੰਦ ਸਿੰਘ ਨੇ ਸਿਖਾਇਆ ਹੈ ਸੰਗਤ ਤੋਂ ਵੀ ਨੀਵੇਂ ਬੈਠਣਾ ਕਈਆਂ ਪੁੱਛਣਾ ਬਾਬਾ ਜੀ ਇੰਜ ਕਿਉਂ ਟੋਇਆ ਪੁੱਟ ਕੇ ਸੰਗਤ ਤੋਂ ਵੀ ਨੀਵੇਂ ਕੀ ਆਖਣਾ ਇਹ ਸੰਗਤ ਦੀ ਧੂੜੀ ਕਿਤੇ ਮੇਰੇ ਤੇ ਪੈ ਜਾਵੇ ਗੁਰੂ ਨਾਨਕ ਮੈਨੂੰ ਆਪਣਾ ਸਿੱਖ ਬਣਾ ਲਾ ਗੱਜ ਕੇ ਆਖੋ ਸਤਨਾਮ ਔਰ ਬਾਬਾ ਆਨੰਦ ਸਿੰਘ ਜੀ ਦਾ ਬਚਨ ਜੇ ਕਹਿੰਦੇ ਸੀ ਜਿੰਨੇ ਸੰਗਤਾਂ ਦੀ ਖੁਸ਼ੀ ਲੈ ਲਈ ਗੁਰੂ ਨਾਨਕ ਦੀ ਖੁਸ਼ੀ ਉਹਦੇ ਘਰ ਆਪੇ ਚੱਲ ਕੇ ਆ ਜਾਂਦੀ ਆਖੋ ਸਤਨਾਮ ਇੱਕ ਕੋਸ਼ਿਸ਼ ਰੱਖਿਆ ਕਰੋ ਸੰਗਤ ਕਿਸੇ ਦਾ ਦਿਲ ਨਾ ਟੁੱਟੇ ਸੰਗਤ 'ਚ ਮਨ ਨੀਵਾਂ ਰੱਖੋ ਸੰਗਤ ਵਿੱਚ ਗੁਰੂ ਨਾਨਕ ਦਾ ਵਰਤਾਰਾ ਸਮਝੋ ਸੰਗਤ ਵਿੱਚ ਕੁਝ ਬਣ ਕੇ ਨਹੀਂ ਆਉਣਾ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਇੱਕ ਬਚਨ ਕੀਤਾ ਕਹਿੰਦੇ ਗੁਰੂ ਦਾ ਸਿੱਖ ਜਦੋਂ ਸੰਗਤ 'ਚ ਜਾਵੇ ਹੋਮੇ ਦਾ ਜੋੜਾ ਬਾਹਰ ਲਾ ਕੇ ਆਵੇ ਤੇ ਨਿਮਰਤਾ ਦੀ ਪੱਗ ਬੰਨ ਕੇ ਆਵੇ ਆਖੋ ਸਤਨਾਮ ਇਹ ਬੜੀ ਵੱਡੀ ਤਾਕਤ ਬਾਬਾ ਸੁਖਦੇਵ ਸਿੰਘ ਜੀ ਆਪ ਜੀ ਨੂੰ ਬਚਨ ਸੁਣਾਉਂਦੇ ਹੁੰਦੇ ਉਹ ਜਿਹੜੀ ਤਾਰਾ ਰਾਣੀ ਸੀ ਰਾਜੇ ਹਰੀਚੰਦ ਦੀ ਇਹ ਸੰਗਤ ਕਰਦੀ ਸੀ ਅੰਮ੍ਰਿਤ ਵੇਲੇ ਉਹ ਇੱਕ ਦਿਨ ਮਗਰ ਜਦੋਂ ਖੜਾ ਚੁੱਕ ਕੇ ਲੈ ਗਿਆ ਜਦੋਂ ਖੜਾ ਲੈ ਗਿਆ ਚੁੱਕ ਕੇ ਉਹ ਬਾਹਰ ਆਈ ਇੱਕ ਖੜਾ ਨਹੀਂ ਹੀਰਿਆਂ ਨਾਲ ਜੜੀ ਸੀ ਰਾਣੀ ਸੀ ਉਹ ਇਸੇ ਕਰਕੇ ਲੈ ਗਿਆ ਵੀ ਇਲਜ਼ਾਮ ਲਾਵਾਂਗੇ ਕਿਹਨੂੰ ਯਾਰ ਨੂੰ ਦਿਆਂ ਜੀ ਆ ਵੇਖੋ ਸੰਗਤ 'ਚ ਕਿੰਨੀ ਤਾਕਤ ਹੈ ਇੰਜ ਬਾਹਾਂ ਖਲਾਰ ਕੇ ਉਹਨੇ ਸੰਗਤ ਨੂੰ ਰੋਕ ਲਿਆ ਭੋਗ ਪੈ ਗਿਆ ਸੀ ਕਿਉਂ ਰੋਕ ਲਿਆ ਤਾਰਾ ਰਾਣੀ ਕਹਿੰਦੀ ਮੇਰੀ ਇੱਕ ਖੜਾ ਬਾਹਰ ਨਹੀਂ ਸੰਗਤ ਜੀ ਅਰਦਾਸ ਕਰੋ ਖੜਾ ਮਿਲ ਜੇ ਆਖੋ ਸਤਨਾਮ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਸਾਧ ਸੰਗਤ ਅਰਾਧਿਆ ਤੇ ਜੋੜੀ ਜੁੜੀ ਖੜਾਓ ਪੁਰਾਣੀ ਉਹ ਰੱਬ ਨੂੰ ਖੜਾ ਬਣਾ ਕੇ ਰੱਖਣੀ ਪਈ ਹੁਣ ਉਹਨੇ ਜਦੋਂ ਖੜਾ ਪਾ ਕੇ ਗਈ ਮਹਿਲਾਂ 'ਚ ਤੇ ਰਾਜਾ ਹਰੀਚੰਦ ਉਹ ਕਹਿੰਦਾ ਖੜਾ ਤੇ ਮੈਂ ਲੈ ਆ ਕਿਵੇਂ
फिर ट्रंक खोलिया जिथे लुकई सी गड्डी वो भी पई है हुण जिहड़ियां दो पा के लियाई है बिल्कुल सेम हीरे लगे है सेम मोती लगे खड़ा ते राजे हरिचंद ने कहा सी मेरे राज विच एहो जिहा किहड़ा मिस्त्री है जिहड़ा इन्नी जल्दी सेम खड़ा बनाती एहो जिहा मेरे राज किहड़ा मिस्त्री है ते फिर महापुरख धारना सुनाउंदे सी ओ फिर राणी ने की आख्या जी जरा पढ़ियो एक बारी वीर एक बारी भैणा जी सुतारा लोचन राणी साध संगत मिल गावंदे राती जाए सुने गुरबाणी पिछों राजा जागया दी रात निखंड महाणी राणी दिसना आवई मन विच वरत गई हैरानी होर राती उठ के चलिया पिछे तरल जवानी राणी पहुंची संगती राजे खड़ी खड़ाओ निशानी राजे खड़ी खड़ाओ निशानी साध संगत आराध्या ओ साध संगत आराध्या जोड़ी जोड़ी खड़ाओ राणी जिन्हें मेरी है खड़ाम है चोज विडाणी साध संगत विटों कुर्बाणी कुर्बाणी ये एड्रेस दिता है ये आज भी जाओगे ना जी पटने तो तकरीबन 12 किलोमीटर है दानापुर उत्थे गुरुद्वारे का ना ही है हांडी साहब आखो सतनाम वो हांडी च खिचड़ी बना के लियाई सी अज भी उते खिचड़ी का लंगर वरतींदा जिहड़ी राणी मैणी है उन्हें भी बड़ा विराग कीता सी उन्हों भी महाराज ने आख्या सी भाई वीर सिंह ने लिखिया कलगीधर कहिंदे चने तल के चने कहिंदे छोलियां नूं चने तल के ते दोधी पूड़ियां आटे च दुध गुण के ना दोधी पूड़ियां तल के संगतां नूं छकाई
राणी मैणी वैराग ना कर विच मैं भी छकदिया दर्शन देंगा आखो सतनाम। अज भी उत्थे पूड़ी छोलिया का लंगर चलता है पटने साहब राणी मैणी आनी पूरा ना मैणी आनी है। एक ऐसा ड्रेस दिता सन मैं संगत में रहना मैं संगत च वसदा गुरु साहब कृपा करन ये साढ़े पिता जी ने एड्रेस दिते पहला एड्रेस मैं बाणी च रहना दूजा मैं संगत च रहना बाहर नहीं मैं समा दस देना कर दे चली जाए ये कलगीधर महाराज का मैं बचन याद आ गया नेड़े वाले लाड कर लेंगे जिमें बाबा सुखदेव सिंह जी दे जेडे नेड़े वो लाड कर लेंगे आखो सतना है जी सानू भी प्यार दे दें जेडे नेड़े सी ना वो लाड नाल कहिंदे कलगियां वाले अज सवाल आ गया बाबा जी कलगियां वाले कहिंदे दसो कहिंदे सानू किवें पता लगे तुसीं खुश हो आखो सतना ਸਾਨੂੰ ਕਿਵੇਂ ਅਨੁਭਵ ਹੋਵੇ ਵੀ ਤੁਸੀਂ ਖੁਸ਼ ਹੋ ਸਾਡੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਜਦੋਂ ਤੁਹਾਨੂੰ ਇੱਕ ਅੰਮ੍ਰਿਤਧਾਰੀ ਗੁਰਸਿੱਖ ਦੇ ਦਰਸ਼ਨ ਹੋ ਜਾਣ ਸਮਝ ਲਓ ਮੈਂ ਪ੍ਰਸੰਨ ਹਾਂ ਮੈਂ ਖੁਸ਼ ਹਾਂ ਉਹ ਨੇੜੇ ਵਾਲੇ ਸੀ ਉਹਨਾਂ ਨੇ ਲਾਡ ਕਰ ਲਿਆ ਕਹਿੰਦੇ ਜੀ ਜਿਹਦੇ 'ਤੇ ਜ਼ਿਆਦਾ ਪ੍ਰਸੰਨ ਹੋਵੋ ਫਿਰ ਕੀ ਨਿਸ਼ਾਨੀ ਕਹਿੰਦੇ ਜਿਹਦੇ 'ਤੇ ਜ਼ਿਆਦਾ ਪ੍ਰਸੰਨ ਹੋਵਾਂ ਉਹਨੂੰ ਪੰਜ ਅੰਮ੍ਰਿਤਧਾਰੀ ਗੁਰਸਿੱਖਾਂ ਦੇ ਦਰਸ਼ਨ ਕਰਾਵੇ ਹੁਣ 8 ਤਰੀਕ ਭੁੱਲ ਨਾ ਜਾਣਾ ਇਸ ਅਸਥਾਨ 'ਤੇ 8 ਤਰੀਕ ਨੂੰ ਪੰਜ ਮਹਾਂਪੁਰਸ਼ ਨਾਲ ਪੰਜ ਸਿੰਘ ਸਾਹਿਬਾਨ ਨੇ ਆਪ ਅਰਦਾਸ 'ਚ ਸ਼ਾਮਿਲ ਹੋਣਾ ਆਖੋ ਸਤਨਾਮ ਜਿਹਦੇ 'ਤੇ ਬਹੁਤ ਪ੍ਰਸੰਨ ਫਿਰ ਪੰਜਾਂ ਦੇ ਉਹ ਨੇੜੇ ਵਾਲੇ ਸੀ ਲਾਡ ਕਰ ਲਿਆ ਕਹਿੰਦੇ ਮਹਾਰਾਜ ਜੀ ਕਾਹਲੇ ਨਾ ਪੈਣਾ ਖੀਰਲੀ ਗੱਲ ਹੈ ਜਿਹਦੇ 'ਤੇ ਬਹੁਤ ਜ਼ਿਆਦਾ ਪ੍ਰਸੰਨ ਹੋਵੋ ਉਹਦੀ ਕੀ ਨਿਸ਼ਾਨੀ ਆਹਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਹਦੇ 'ਤੇ ਬਹੁਤ ਜ਼ਿਆਦਾ ਪ੍ਰਸੰਨ ਹੋਵਾਂ ਜਾਂ ਉਹਦੇ ਘਰ ਸਾਧ ਸੰਗਤ ਭੇਜ ਦਿੰਦਾ ਵਾਂ ਜਾਂ ਉਹਨੂੰ ਫਿਰ ਸਾਧ ਸੰਗਤ ਵਿੱਚ ਲੈ ਆਉਂਦਾ ਵਾਂ ਆਖੋ ਸਤਨਾਮ ਇਹ ਮੇਰੇ ਮਹਾਰਾਜ ਦੇ ਐਡਰੈਸ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ ਨਿੱਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ ਦਰਸ਼ਨ ਸਾਧ ਸੰਗਤ ਮੇਰੋ ਨਿੱਜ ਰੂਪ ਹੈ ਆਖੋ ਸਤਨਾਮ ਮੇਰਾ ਅਸਲੀ ਘਰ ਸੰਗਤ ਤੇ ਸੰਗਤ ਦੇ ਦਰਸ਼ਨ ਮੇਰੇ ਦਰਸ਼ਨ ਤੇ ਇੱਕ ਐਡਰੈਸ ਹੋਰ ਸਾਂਝਾ ਕਰਕੇ ਜੀ ਸਮਾਪਤੀ ਹੈ ਹੈ ਤੇ ਪੰਜ ਛੇ ਐਡਰੈਸ ਨੇ ਤੇ ਇੱਕ ਤੀਜਾ ਐਡਰੈਸ ਮਹਾਰਾਜ ਨੇ ਫਤਿਹ ਚੰਦ ਰਾਣੀ ਮੈਣੀ ਦੇ ਘਰ ਵਾਲੇ ਨੂੰ ਦਿੱਤਾ ਕਿ ਮੈਂ ਕਿੱਥੇ ਰਹਿਣਾ ਆਓ ਇਹ ਤੀਜਾ ਐਡਰੈਸ ਸਾਂਝਾ ਕਰਕੇ ਫਿਰ ਸਮਾਪਤੀ ਹੈ ਜੀ ਸਾਰੇ ਕਿਰਪਾ ਕਰਿਓ ਮੇਰੇ ਪ੍ਰੀਤਮਾ
जुड़ जो ਵਹਿੰਦੇ ਸੀ ਪਟਨੇ ਸਾਹਿਬ ਤੇ ਕਹਿੰਦੇ ਸੀ ਮੈਨੂੰ ਹੀ ਆਪਣਾ ਪੁੱਤਰ ਸਮਝ ਲੈ ਤੇ ਜਦੋਂ ਮਹਾਰਾਜ ਪਟਨੇ ਚਲੇ ਗਏ ਤੇ ਗੋਬਿੰਦ ਰਾਏ ਗੋਬਿੰਦ ਸਿੰਘ ਬਣ ਗਏ ਕਲਗੀਆਂ ਵਾਲੇ ਬਣ ਗਏ ਬਾਜਾਂ ਵਾਲੇ ਬਣ ਗਏ ਫੌਜਾਂ ਵਾਲੇ ਬਣ ਗਏ ਇਹ ਫਤਿਹ ਚੰਦ ਰਾਣੀ ਮੈਣੀ ਪਟਨੇ ਤੋਂ ਆਏ ਜੀ ਦਰਸ਼ਨ ਕਰਨ ਮਹਾਰਾਜ ਦੀ ਵੱਡੀ ਉਮਰ ਹੋ ਗਈ ਪੰਡਿਤ ਸ਼ਿਵ ਦੱਤ ਕਹਿੰਦਾ ਮੈਨੂੰ ਵੀ ਨਾਲ ਲੈ ਜਾ ਬੜਾ ਬਜ਼ੁਰਗ ਹੋ ਚੁੱਕਾ ਸੀ ਉਹਨੂੰ ਹਾਥੀ ਤੇ ਪਾਲਕੀ 'ਚ ਵਾ ਕੇ ਲਿਆਂਦਾ ਗਿਆ ਅਤੇ ਮਹਾਰਾਜ ਨੇ ਇੰਨਾ ਪਿਆਰ ਕੀਤਾ ਘੋੜੇ ਤੋਂ ਦੋ ਚਾਰ ਮੀਲ ਅੱਗੋਂ ਲੈਣ ਗਏ ਅਤੇ ਘੋੜੇ 'ਤੇ ਬੈਠੇ ਬੈਠੇ ਨੇ ਅੱਜ ਪਾਲਕੀ ਦਾ ਕੱਪੜਾ ਚੁੱਕ ਕੇ ਕਹਿੰਦੇ ਕਹਿੰਦੇ ਪੰਡਿਤ ਜੀ ਝਾ ਆਪੋ ਸਤਨਾਮ ਜੋ ਛੋਟੇ ਹੁੰਦਿਆਂ ਕਰਦੇ ਸੀ ਨਾ ਪੰਡਿਤ ਜੀ ਝਾ ਉਹ ਉਸੇ ਤਰ੍ਹਾਂ ਕੀਤਾ ਪੰਡਿਤ ਜੀ ਝਾ ਅਤੇ ਪੰਡਿਤ ਸ਼ਿਵ ਦੱਤ ਨੇ ਕਹਿਣਾ ਕਲਗੀਆਂ ਵਾਲੇ ਨਮਸਕਾਰ ਸਤਿਗੁਰੂ ਜੀ ਨਮਸਕਾਰ ਉਹਨੂੰ ਮਹਾਰਾਜ ਨੇ ਸਪੈਸ਼ਲ ਕਿਹਾ ਕਹਿੰਦੇ ਤੂੰ ਮੈਨੂੰ ਸਤਿਗੁਰ ਨਹੀਂ ਕਹਿਣਾ ਕਲਗੀਧਰ ਨਹੀਂ ਕਹਿਣਾ ਸਿਰਫ ਤੂੰ ਤੂੰ ਮੈਨੂੰ ਬਾਲਾ ਪ੍ਰੀਤਮ ਕਿਹਾ ਗਾ ਆਖੋ ਸਤਨਾਮ ਛੋਟਾ ਨਾਮ ਬਚਪਨ ਦਾ ਇਹ ਪੰਡਿਤ ਸ਼ਿਵ ਦੱਤ ਨੇ ਪੋਹ ਸੁਦੀ ਸਤਮੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਖੀਰਲਾ ਸਵਾਸ ਕਲਗੀਧਰ ਦੇ ਚਰਨਾਂ 'ਚ ਪੂਰਾ ਕੀਤਾ ਆਖੋ ਸਤਨਾਮ ਫਤਿਹ ਚੰਦ ਰਾਣੀ ਮੈਣੀ ਦਾ ਘਰ ਵਾਲਾ ਬਾਬਾ ਜੀ ਦਾ ਪਿਆਰ ਬਹੁਤ ਬਚਪਨ ਦੀ ਯਾਰੀ ਬਚਪਨ ਦੀ ਹੁੰਦੀ ਲਾਡ ਹੁੰਦਾ ਪੁਰਾਣੀ ਯਾਰੀ ਦੀ ਦਰਦ ਹੁੰਦਾ ਇਹ ਮੈਂ ਪੜ੍ਹ ਕੇ ਹੈਰਾਨ ਹੋ ਗਿਆ ਜੇ ਮਹਾਰਾਜ ਕਹਿੰਦੇ ਇਹਨੂੰ ਕੀ ਦਈਏ ਫਤਿਹ ਚੰਦ ਨੇ ਹੁਣ ਜਾਣਾ ਪਟਨੇ ਵਾਪਸ ਕਾਫੀ ਮਹੀਨੇ ਹੋ ਗਏ ਆ ਗਏ ਆ ਤੁਸੀਂ ਹੈਰਾਨ ਹੋਵੋਗੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਜੇ ਉਦੋਂ ਗੁਰੂ ਪਦਵੀ ਨਹੀਂ ਮਿਲੀ
वो मिली जूर साहब महाराज ने गुरु ग्रंथ साहब का स्वरूप आप हथी सैन करके फतेह चंद नूं दिता। जेड़े लफज भाई वीर सिंह ने लिखे है कि आखिया स्वरूप लै जो ये विदत सतगुर ने आपको सतनाम अजे कदी नहीं सी मिली यार अंदाजा लायो वेखे कलगी धर महाराज ने वचन किया इस रूप लै जो सहन करके दिता अपने की आख्या ये विदत सतगुर ने विदत सतगुर हुण लफज सुनियो जेड़े फतेह चंद नूं कहे राणी मैणी दे घर वाले महाराज कहिंदे सरूप लै जो समा आउणा सारी सिक्खी ने इहदे लड़ लगणा आखो सतनाम इक पहले इशारे समा आएगा सारी सिक्खी ने यह स्वरूप गुरु ग्रंथ साहिब महाराज गुरु पदवी नहीं मिली बोलन च असीं लिया रहे समा आना सारी सिक्खी ने इस दे लड़ लगना है गुरु ग्रंथ साहिब महाराज दे हुण तुसीं हैरान हो जाओगे भाई वीर सिंह जी ने लिखिया कहिंदे महाराज गुरु गोबिंद सिंह ने वचन की कीता फतेह चंद नूं कहिंदे स्वरूप लै जो अपने देश जाके ऐसे स्वरूप विचों मैनू तकिया करो आखो सतनाम ऐसे स्वरूप चो मैनू तकिया करो। तीजा वचन लिखे भाई वीर सिंह जी ने गुरु गोबिंद सिंह जी ने फतेह चंद नूं की कहा कहिंदे मेरी जोत नूं इहदे विच ही मेलिया करो आखो सतनाम। चौथा वचन गुरु गोबिंद सिंह कहिंदे फतेह चंद नूं स्वरूप लै जाओ जदों मेरे नाल गल्लां करनियां होण इस बाणी राहीं मेरे नाल गल्लां कर लैणियां आखो सतनाम। ये चौथा वचन भाई वीर सिंह। पंजवां वचन गुरु गोबिंद सिंह जी ने फतेह चंद नूं कीता कहिंदे जो ये कहे उहनूं मेरा उपदेश जानना आखो सतनाम उहनूं मेरा उपदेश समझना। हुण छेवां वचन सुन के मैनूं बाबे नंद सिंह दी याद आ गई कलगी धर महाराज ने छेवां वचन किया फतेह चंद नूं स्वरूप जदों दिता साइन करके ते की आखिया इस स्वरूप की सेवा मेरी सेवा समझ के करनी कह दो गज के सतनाम। वेख लो अजे गद्दी नहीं मिली पहले इशारे देते तो हुण तुसीं की कहोगे बाबा नंद सिंह का घर कैसा है गुरगद्दी गुरु ग्रंथ साहब नूं जो महाराज कलगियां ने दित्ती इहदी सेवा मेरी सेवा जान के इहनूं प्रगट कीता बाबा नंद सिंह जी ने गज के आखो सतनाम। इहदे बहुत गुरुद्वारे च गुरु ग्रंथ साहब नूं अलमारी च विराजमान करदे इह महापुरशां सत्कार प्रगट कीता और अगों इतिहास मिल रहा है यह काम कोई कर नहीं सकता ये फतेह चंद राणी मैणी ने इस रूप नूं पटना साहब ले जा के की कीता लिटल जी अपना घर ढाता गज के आखो सतनाम। आ बड़ा औखा काम है जी अपना घर ढा के ते भाई वीर सिंह ने मंदिर लफज लिखे है मतलब उस वेले दे जिवें आपां हर मंदिर कहने हैं गुरुद्वारा अपना घर ढा के ते गुरुद्वारा बना दिता ते आई गई संगत नूं ए बाणी ए स्वरूप दोवें वेले पूड़ी छोलियां दा लंगर जिंदगी गुरु गोबिंद सिंह दे बचना च लाती आखो सतनाम। आ तीजा अड्रैस जे पहला अड्रैस मैं बाणी च जपजी साहिब च दूजा मैं संगत च तीजा अड्रैस मैं इस गुरु ग्रंथ साहिब दे स्वरूप च आखो सतनाम। गरीब नवाज कृपा करन आ जिन्नियां संगतां सचे पातशाह कृपा करन जो महाराज ने अपने एड्रैस दिते ने उन्हां मुताबक सतगुरु आप ही साड़ी सांझ पवाउण ते भुल्लां चुकां दी माफ़ी दे देनी जिवें जिवें बाबा जी ने थले इशारा दिता सी कहिंदे खुला समां ला लईओ ते उस मुताबक फिर भी भुल हो गई होवे कोई अगे निकल गए होईए किसी की हाजरी कीर्तनिया की ना लगी होवे बख्श लैना
परसों भी जदों इत्थे दीवान लगे सी उदों दस तो छे लड़ियां चलियां सी उदों भी दास ने बेनती कीती सी कि संगत चा के मन इन्ना नीवा रखो कि कोलों कोई बच्चा भी लंघ गया ना ते मन च धारो कि ये बच्चा संगत च आया ये भी चरण धो के पी लो इस तरह मन नीवा संगत वास्ते वेखो किनिया खुशियां मिलदियां जिन्हें ये मैं मार लिया ये थले जिहड़ा दूजा हाल है उत्थे एक बोर्ड लगा होया कि जिंदगी उहदी है जिन्हें आपे नूं मार लिया आखो सतनाम जिहड़ा कुछ बन के हर वेले रहिंदा वह दूर है जिन्हें आ मार लिया ना मैं संगत जाके गुरु भावें स्टेज पर भा दे गुरु भावें राग गवा लवे गुरु भावें जो मर्जी करवा लवे पर मन नूं इन्ना नीवा रख बाबे आनंद सिंह जी वांगू कि संगत उच्ची संगत वड्डी आखो सतनाम एक कलगियां लैन रस दित्ता ड्रेसां विच्चों उहदियां खुशियां लिया करो जिस ढंग नाल वी लईयां जाण तीजा मैं सरूप जी हाँ गुरु ग्रंथ साहिब जी दे मैं बाहर नहीं मेरे नाल गल्लां करनियां होण इहदे राहीं कर ली इहदी सेवा मेरी सेवा है ये महाराज जी दे बचन भाई वीर सिंह दीआं किताबां कलगीधर चमत्कार कोई पढ़ सकदा है आओ प्यार दे नाल पंक्तियां पढ़िए फिर अगला प्रोग्राम जिवें आप जी ने प्यार नाल सरवण करना है जी मिल मेरे प्रीतमा जियो मेरे प्रीतमा जियो
कलगीधर महाराज जी कृपा करन, महापुरशां दीआं सीसां दा सदका मिलाप होवे, सिमरन चले, अमृत वेला बने। ते बाबा जी वल्लों रुका आया है जिहड़े श्रोमणी महासंपट पाठ आप जी नूं पता चल रहे ने। बाबा जी जानन मेरे ख्याल च शायद पहली बारी ये जिहड़े श्रोमणी महासंपट पाठ, तकरीबन पता नहीं 8 शब्दां दा संपट, 9 शब्दां दा। ये सवेरे 6 बजे भोग शुरू होणगे महापुरशां वल्लों, संगत नूं 9 मिनट है। ते गुरु साहब कृपा करन, बाबा जी दे असीस है, स्टेज की सेवा निभा रहे ने अमृतपाल सिंह जी। उतरा तो स्टेज तो मनाइए, किसी का ना नहीं होर। ते ये मैं तां बोल रहा बई बाबा खेम सिंह जी का इतिहास, ओदी बड़ी वड्डी सेवा है, बच्चे कोलों सतगुरु लै रहे ने। वो किताबा भी आने वाले समय च आ रही हैं बाबा खेम सिंह जी के जीवन बारे। बाबा सुखदेव सिंह जी को मोहर लवाई है बच्चे ने, सारिया अलग अलग जगह तो जो जो भी अपना बिरतांत प्राप्त हुए ने वाहिगुरु इस बच्चे नूं भी। ये बड़ी वड्डी बात होंदी है महापुरशां दे इतिहास सामने जाण, चढ़दी कला बख्शे। हुण अगला प्रोग्राम प्यार नाल सरवण करो महापुरशां दे। बहुत बहुत शुकराने के खुले समय सीसा प्यार बख्शते ने, असीस बनी रवे निभ जावे प्यारे नाल। भुला माफ लैना जी, आओ फतेह बुलाओ। वाहिगुरु जी का खालसा। खालसा वाहिगुरु जी की फतेह। सत्कार योग महापुरुष भाई साहिब गुरकुलाल सिंह जी, दो तन कलगीधर पिता गुरु गोबिंद सिंह महाराज दीआं वडियाईआं, संगत की महानता, धन गुरु ग्रंथ साहिब सच्चे पातशाह जी ते श्रद्धा प्यार भरोसा जो महापुरशां दे कीर्तन दे विचों आपां सभणां नूं सत्संग दी जो संदेश मिलिया है, रोम रोम राही महापुरशां नूं जीव आया जीव आया। बेनती करांगा सत्कार जो बाबा सोनू जी नानक सर मंदरा वाले वो साजे पर आ जाण। संगतां प्रति बेनती है कि जो महापुरश बाबा सुखदेव सिंह जी के हुक्म अनुसार अमृत वेले 6 बजे श्री महासंपट अखंड पाठ साहिबां दे प्रोग आरंभ होणगे, सारियां संगतां अमृत वेले 6 बजे श्री महासंपट अखंड पाठ साहिबां दे प्रोग आरंभ होणे ने। वह भोग भी आपां सतगुरु जी की कृपा दे नाल सतगुरु जी की बाणी दे सरवण करने ने। ते सत्संग जी जो सतगुरु सच्चे पातशाह जी की कृपा सदका ये शामां नूं दीवान इसे तरह सजेगा। अगों महापुरश बाबा जी जिवें इशारा होया आप जी तक अनाउंसमेंट कर दिती जाएगी। आओ बाबा सोनू जी नानक सर मंदरां वाले 7-8 मिंट का समा कीर्तन की सेवा सतगुरु।